एक पंडित कथा करा करे बादशाह दे इस बात बादशाह दी कथा करा करे ओनू कलयुग मिल गया रास्ते च एक कलयुग कहिंदा पंडित जी महाराज कहिंदा महाराज कहिंदा कित्थे चले है कहिंदा कथा करन करन जाना बादशाह दे घरे कहिंदा की कुछ करदा उन्हां उत्थे कहिंदा ऐ कहिंदा भी आ गल्लां करियां तो आ फल मिलदा ऐ करे तो ऐ फल मिलदा है दलागिया दसन पंडित कलयुग नूं कलयुग कहिंदा इक मेरी गल सुन लै कहिंदा की कहिंदा विच थोड़ा जिहा झूठ बोल पिया कर कहिंदा यार उत्थे वड्डे वड्डे अफसर आदमी हुंदे ने मन्नी तन्नी दे मेरा झूठ उत्थे जे मैं चलाता फिर किवें चलूं कहिंदा कोई नहीं इक बारी बोल पिया कर मैं झूठ बोल पिया कर कहिंदा ना भी ये नहीं गल बनदी झूठ नहीं मैं बोलदा ठीक है जी हाँ कलयुग कहिंदा झूठ बोलना पऊ महाराज मेरे कहे तो बोल पा झूठ एक बारी बोल पिया कर पर मैं थोड़ा बोल पिया कर कहिंदा ना कहिंदा झूठ बोलदा नहीं है कहिंदा ना बोलदा नहीं है उत्थे मैं तो सच दी गल करनी है कहिंदा चंगा जा बग जा और पंडित तो पा गया कथा करन वास्ते कलयुग ने की करिया उसे पंडित का रूप धार लिया अच्छा उसे रूप धार के किथे जांदा शराब वाले थां च जो शराब वाले थां जांदा उत्थे ले लिया एक दो बोतलां फिर मीट वाले थां च वग गया तां जो फिर माड़े थाई चंगी थाई समझ लै वग गया हाँ जो वग गया पंडित कथा करा करे वो ये कम करा करे कलयुग ओदे हुंदे तो उत्थे हाँ जो आधार पैन लाता फिर कलयुग ने कहिंदा भी हुण मेरा आधार चले मैं किधरे नहीं जांदा बादशाह दे घरे कथा करदा हुंना ओदे भोग पऊगा जिथे भोग पै हटिया ओदे थोनू पैसे दे दूंगा सारे ਉਹ ਕਹਿੰਦਾ ਕਲਯੁਗ ਉਹ ਕਹਿੰਦੇ ਜੀ ਕੋਈ ਪੰਡਿਤ ਜੀ ਕੋਈ ਗੱਲ ਨਹੀਂ ਕੋਈ ਡੀਕਾ ਨਹੀਂ ਇਸ ਗੱਲ ਦਾ ਤਾਂ ਉਹ ਮਹਾਰਾਜ ਦਿੰਦੇ ਰਹੇ ਇਹਦੇ ਭੋਗ ਦਾ ਵੀ ਟਾਈਮ ਆ ਗਿਆ ਸਭ ਨੂੰ ਦੁਨੀਆਂ ਨੂੰ ਪਤਾ ਵੀ ਅੱਜ ਬਾਦਸ਼ਾਹ ਦੇ ਘਰੇ ਭੋਗ ਪੈਣਾ ਉਹਨਾਂ ਨੂੰ ਵੀ ਪਤਾ ਸੀ ਜਿਹੜੇ ਉਹ ਜਿਨ੍ਹਾਂ ਨੂੰ ਕਰਜਾਈ ਕਰੀ ਬੈਠਾ ਸੀ ਉਹ ਵੀ ਆ ਗਏ ਮਹਾਰਾਜ ਵੀ ਅੱਜ ਪੰਡਿਤ ਉੱਥੇ ਕਥਾ ਕਰੂਗਾ ਅੱਜ ਆਪਾਂ ਮੌਕੇ 'ਤੇ ਉਦੋਂ ਲੈ ਲਾਂਗੇ ਪੈਸੇ ਨਾਲੇ ਤਾਂ ਮਾਸ ਮਿੱਟੀ ਵਾਲੇ ਪਹੁੰਚ ਗਏ ਨਾਲੇ ਸ਼ਰਾਬ ਵਾਲਾ ਪਹੁੰਚ ਗਿਆ ਨਾਲੇ ਦੂਜੇ ਕੰਮ ਵਾਲੇ ਪਹੁੰਚ ਗਏ ਸਾਰੇ ਪਹੁੰਚ ਗਏ ਜਿਸ ਪਾਸ ਸਾਰੇ ਪਹੁੰਚੇ ਕਥਾ ਪਊ ਪਊ ਪੈ ਗਿਆ ਸਭ ਦੁਨੀਆ ਛਿੜਕੀ ਵਜ਼ੀਰ ਬੈਠਾ ਬਾਦਸ਼ਾਹ ਬੈਠਾ ਹੋਰ ਬੈਠੇ ਨੇ ਦੋ ਚਾਰ ਅਤੇ ਉਹ ਬੈਠੇ ਨੇ ਬਾਹਰ ਗਏ ਵਜ਼ੀਰ ਨੇ ਨਿਗਾਹ ਮਾਰੀ ਕਹਿੰਦਾ ਉਹ ਕਿਵੇਂ ਬੈਠੇ ਨੇ ਬਈ ਹੋਰ ਦੱਸ ਸਭ ਦੁਨੀਆ ਭੱਗ ਗਈ ਛਿੜ ਗਈ ਤੇ ਆਹ ਕਿਵੇਂ ਬੈਠੇ ਨੇ ਵਜ਼ੀਰ ਉਹਨਾਂ ਦੇ ਕੋਲੇ ਭੱਗ ਗਿਆ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਤੁਸੀਂ ਕਿਵੇਂ ਬੈਠੇ ਹੋ ਕੋਈ ਕੰਮ ਹੈ ਕਹਿੰਦਾ ਤੁਹਾਡੇ 'ਤੇ ਤਾਂ ਕੋਈ ਕੰਮ ਨਹੀਂ ਉਹ ਪੰਡਿਤ ਜਿਹੜੀ ਕਥਾ ਕਰੀ ਆ ਉਹਦੇ 'ਤੇ ਹੀ ਕੰਮ ਹੈ ਸਾਨੂੰ ਕਹਿੰਦੇ ਯਾਰ ਤੁਹਾਡੇ ਤਿੱਕਰ ਕੀ ਕੰਮ ਹੈ ਉਹ ਸਮਝ ਗਿਆ ਵੀ ਇਹ ਤਾਂ ਇਸ ਕੰਮ ਵਾਲੇ ਨੇ ਸਾਰੇ ਹੀ ਵਜ਼ੀਰ ਕਹਿੰਦਾ ਤੁਹਾਡੇ 'ਤੇ ਹੀ ਕੀ ਕੰਮ ਹੈ ਕਹਿੰਦਾ ਜੀ ਸਭ ਸਾਡੇ 'ਤੇ ਹੀ ਹੈ ਫਿਰ ਸਾਥੋਂ ਲੈਂਦਾ ਰਿਹਾ ਸ਼ਰਾਬ ਵਾਲਾ ਕਹਿੰਦਾ ਮੈਥੋਂ ਜੀ ਪੰਜ ਚਾਰ ਗੇਲਣ ਲੈ ਗਏ ਬੋਤਲ ਆਧਾਰ 'ਤੇ ਵੀ ਭੋਗ 'ਤੇ ਤੈਨੂੰ ਮੈਂ ਤਾਰੂੰਗਾ ਇਹ ਮੇਰੇ ਕੋਲ ਸਾਰੇ ਭੁਗਤ ਗਏ ਇਸ ਲੋਟੀ ਕਹਿੰਦਾ ਜੀ ਇੱਥੇ ਦਾ ਆਧਾਰ ਕਰਿਆ ਉਹਦਾ ਹੁਣ ਅਸੀਂ ਜਦੋਂ ਇਹ ਉੱਠੂਗਾ ਤੁਹਾਡੇ ਕੋਲੋਂ ਅਸੀਂ ਇੱਥੋਂ ਲਵਾਂਗੇ ਪੈਸੇ ਵਜ਼ੀਰ ਤਾਂ ਥਾਏ ਗਈਆਂ ਵਜ਼ੀਰ ਦੀਆਂ ਵੀ ਪੰਡਿਤ ਕਥਾ ਕਈ ਹੀ ਕਰਦਾ ਹੁੰਦਾ ਹੈ ਗੱਲਾਂ ਸਾਨੂੰ ਕਈਆਂ ਦਾ ਗਿਆਨ ਦੇ ਦਿੰਦਾ ਹੈ ਇਹ ਕੰਮ ਆਹ ਕੀ ਕਰਦਾ ਉਹਨੇ ਬਾਦਸ਼ਾਹ ਨੂੰ ਬੋਲ ਮਾਰਿਆ ਵਜ਼ੀਰ ਨੇ ਕਹਿੰਦਾ ਬਾਦਸ਼ਾਹ ਜੀ ਵੀ ਆਇਓ ਮਾੜਾ ਜਾ ਪੰਡਿਤ ਦੇ ਕੋਲੋਂ ਠਾ ਲਿਆ ਕਹਿੰਦਾ ਹਾਂਜੀ ਕਹਿੰਦਾ ਉਹ ਜਿਹੜੇ ਬੰਦੇ ਬੈਠੇ ਨੇ ਚਾਰੇ ਇਸ ਕੰਮ ਵਾਲੇ ਨੇ ਕਹਿੰਦਾ ਫਿਰ ਕਿਵੇਂ ਕਹਿੰਦਾ ਪੰਡਿਤ ਸਾਰਿਆਂ ਦਾ ਕਰਜਾਈ ਹੈ ਅੱਜ ਦਾ ਪੈਸਾ ਹੈ ਇਹ ਪੈਸੇ ਲੈਣੇ ਨੇ ਪੰਡਿਤ ਤੋਂ
ਪਾਤਸ਼ਾਹ ਕਹਿੰਦਾ ਯਾਰ ਭਾਜੀ ਆਪਣੇ ਕੋਲ ਰਹਿੰਦਾ, ਕਹਿੰਦਾ ਜੇ ਮੈਨੂੰ ਨੀ ਪਤਾ। ਉਹਨੇ ਕਹਿੰਦਾ ਉਰੇ ਆਓ ਬਈ, ਨਾਲੇ ਪੰਡਿਤ ਬੁਲਾ ਲਿਆ ਕੋਲੇ, ਕੋਲੇ ਉਹ ਬੁਲਾ ਲਏ। ਕਹਿੰਦਾ ਹਾਂ ਬਈ ਕੀ ਗੱਲ ਹੈ? ਕਹਿੰਦਾ ਜੀ ਥੋ ਇਹ ਤੇ ਪੰਡਿਤ ਜੀ ਜਾਂਦਾ ਹੀ ਕੰਮ ਹੈ, ਸਸੀ ਕੰਮ ਆਧਾਰ ਚੱਲਦਾ ਸਾਡਾ ਇਹਦੇ ਨਾਲ। ਕਹਿੰਦਾ ਪੰਡਿਤ ਜੀ ਤੁਸੀਂ ਸਾਨੂੰ ਗਿਆਨ ਕੀ ਦਿੰਦੇ ਹੋ, ਆਪ ਕੰਮ ਕੀ ਕਰਦੇ ਹੋ? ਰਾਜਾ ਪੁੱਛਦਾ। ਕਹਿੰਦਾ ਕੰਮ ਤਾਂ ਤੁਸੀਂ ਕੀ ਕਰਦੇ ਹੋ, ਗਿਆਨ ਸਾਨੂੰ ਕੀ ਵਧੀਆ ਦਿੰਦੇ ਹੋ, ਕੰਮ ਆ ਕਰਦੇ ਹੋ। ਕਹਿੰਦਾ ਮਹਾਰਾਜ ਬਸ ਸਰ ਗਿਆ ਕੰਮ, ਜਿਵੇਂ ਤੁਹਾਡੀ ਮਰਜ਼ੀ ਕਰਦੀ ਆ ਕਰ ਲਓ, ਮੈਂ ਤਾਂ ਤੁਹਾਡੇ ਕੋਲ ਰਹਿਣਾ, ਮੈਂ ਤਾਂ ਗਿਆ ਨਹੀਂ ਕਿਸ ਪਾਸੇ। ਕਹਿੰਦਾ ਆਹ ਦੇਖ। ਕਹਿੰਦਾ ਮਹਾਰਾਜ ਆਹ ਲਿਖਿਆ ਪਿਆ ਇੰਨੇ ਦਿਨਾਂ ਦਾ, ਪਹਿਲਾਂ ਨਗਦ ਦਿੰਦਾ ਰਿਹਾ ਫਿਰ ਆਧਾਰ ਕਰਦਾ ਰਿਹਾ, ਹੁਣ ਉਹਨਾਂ ਦੇ ਪਤਾ ਪੰਡਿਤ ਇਹੀ ਹੈ, ਪੰਡਿਤ ਕਾਲਯੁਗ ਬਣਿਆ ਪਿਆ ਸੀ। ਚਲੋ ਬਾਦਸ਼ਾਹ ਕਹਿੰਦਾ, ਕਹਿੰਦਾ ਫਾਂਸੀ ਦਿਓ ਪੰਡਿਤ ਨੂੰ। ਹਾਂ ਕਹਿੰਦਾ ਫਾਂਸੀ ਦਿਓ ਕਿ ਆਪਣੇ ਕੋਲ ਦਾ ਗਿਆਨ ਕੀ ਦਿੰਦਾ, ਕੰਮ ਕੀ ਕੀਤਾ? ਫਾਂਸੀ ਦਾ ਹੁਕਮ ਲਾਤਾ ਪੰਡਿਤ ਨੂੰ, ਜਲਾ ਦੋ, ਲਾਓ ਮੁਸ਼ਕੜੀਆਂ, ਮੁਸ਼ਕਾਂ ਇਹਦੇ ਹੱਥ ਘੜੀਆਂ, ਪੰਡਿਤ ਦੇ ਹੱਥ ਘੜੀਆਂ ਲਾ ਦੀਆਂ, ਤੋਰ ਲਿਆ ਵੀ ਚੱਲ ਤੈਨੂੰ ਕਤਲ ਕਰੀਏ, ਲਈ ਜਾਂਦੇ ਹੈ। ਅਤੇ ਰਸਤੇ 'ਚ ਕਾਲਯੁਗ ਫੇਰ ਮਿਲ ਗਿਆ। ਕਹਿੰਦਾ ਪੰਡਿਤ ਜੀ ਮਹਾਰਾਜ, ਹੁਣ ਮਹਾਰਾਜ ਜੀ ਕਿੱਥੋਂ ਬੋਲੇ, ਉਹਦਾ ਜਾ ਰਿਹਾ ਸੁਰਗ ਧਾਮ ਨੂੰ। ਕਹਿੰਦਾ ਪੰਡਿਤ ਜੀ ਮਹਾਰਾਜ, ਮਹਾਰਾਜ ਨਹੀਂ ਬੋਲੀ। ਕਹਿੰਦਾ ਮਹਾਰਾਜ ਆਹ ਤੈਨੂੰ ਦਿੰਦਾ ਹੀ ਹੈ ਹੁਣ ਰੱਥ, ਆਹ ਬਿਨਕਰੀ, ਕਹਿੰਦਾ ਬਿਨਕਰੀ ਵੀ ਪਏਗੀ ਤਾਇਆਂ ਦਾ, ਇਹਨਾਂ ਕੰਮਾਂ 'ਚ ਪੜਿਆ ਤਾਂ ਨਹੀਂ ਤੂੰ? ਕਹਿੰਦਾ ਨਾ। ਕਹਿੰਦਾ ਬਿਨਕਰੀ ਪਈ ਆ ਤੈਨੂੰ? ਕਹਿੰਦਾ ਹਾਂ। ਕਹਿੰਦਾ ਫਿਰ ਇਹ ਗੱਲ ਇਹ ਦੇਖ ਲਾ, ਮੈਂ ਤੈਨੂੰ ਉੱਦਾਂ ਹੀ ਕੀ ਕਿਹਾ ਸੀ, ਤੈਨੂੰ ਕਿਹਾ ਸੀ ਵਿੱਚ ਝੂਠ ਬੋਲ ਪਿਆ ਕਰ, ਮੇਰਾ ਨਾਂ ਲੈ ਦਿਆ ਕਰ ਥੋੜ੍ਹਾ ਜਿਹਾ, ਐਂ ਤਰ ਜਾਂਦਾ। ਹੁਣ ਤੂੰ ਝੂਠ ਬੋਲਿਆ ਨਹੀਂ, ਹੁਣ ਤੇਰਾ ਝੂਠ ਮੇਰਾ ਝੂਠ ਨਿੱਤਰਦਾ ਕਿ ਤੇਰਾ ਸੱਚ ਨਿੱਤਰਦਾ? ਮੈਂ ਬੋਲਿਆ ਝੂਠ ਉਹਨਾਂ ਥਾਈਂ, ਤੂੰ ਤਿੰਨਾਂ ਥਾਈਂ ਚਾਰੇ ਥਾਈਂ ਕੋਈ ਨਹੀਂ ਗਿਆ। ਕਹਿੰਦਾ ਨਾ, ਮੈਂ ਤਾਂ ਬੋਲਿਆ ਝੂਠ, ਤੂੰ ਬੋਲਿਆ ਸੱਚ, ਹੁਣ ਤੂੰ ਇਹ ਦੇਖ ਲੈ, ਨਿਗਾਹ ਮਾਰ ਲੈ ਵੀ ਸੱਚ ਨਿੱਤਰਦਾ ਤੇਰਾ ਕਿ ਮੇਰਾ ਝੂਠ ਨਿੱਤਰਦਾ। ਕਹਿੰਦਾ ਵੀ ਹੁਣ ਤਾਂ ਹੱਥ ਬੰਨ ਕੇ ਪੰਡਿਤ ਕਹਿੰਦਾ ਤੇਰਾ ਝੂਠ ਹੀ ਨਿੱਤਰਦਾ। ਕਹਿੰਦਾ ਗਾਹਾਂ ਵਾਸਤੇ ਬੋਲ ਪਿਆ ਕਰੇਗਾ ਜੇ ਖੜਾ ਛੁਡਾ ਦਿਆਂ? ਪੰਡਿਤ ਕਹਿੰਦਾ ਹਾਂਜੀ ਜ਼ਰੂਰ ਬੋਲ ਪਿਆ ਕਰੂੰਗਾ ਜੇ ਮੇਰਾ ਖੜਾ ਛੁੱਟ ਜੇ। ਪੰਡਿਤ ਕਹਿੰਦਾ ਠੀਕ ਹੈ। ਕਹਿੰਦਾ ਚੱਲ ਗੱਲ ਸੁਣ, ਮੈਂ ਤੇਰਾ ਖੜਾ ਛੁਡਾ ਦਿੰਦਾ ਫਿਰ, ਹੁਣ ਇੱਥੋਂ ਪਿਛਾਹਾ ਮੋੜ ਲੈ ਇਹਨਾਂ ਨੂੰ, ਜਲਾਦਾਂ ਨੂੰ। ਬਾਦਸ਼ਾਹ ਦੇ ਕੋਲੇ ਪਹੁੰਚਿਆ, ਬਾਦਸ਼ਾਹ ਕਹੂਗਾ ਕੀ ਗੱਲ ਹੈ ਪੰਡਿਤ ਜੀ? ਉਹਨੂੰ ਐਂ ਕਹਿੰਦੀ ਵੀ ਮੈਂ ਤਾਂ ਜਿਹੜਾ ਮੈਂ ਤਾਂ ਹੁਣ ਜਾ ਹੀ ਰਿਹਾ, ਮੈਨੂੰ ਖਤਮ ਕਰੀ ਦੇਣਗੇ, ਅਤੇ ਜਾਂਦਾ ਜਾਂਦਾ ਤੁਹਾਡਾ ਇੱਕ ਭਲਾ ਕਰ ਜਾ। ਰਾਜਾ ਪੁੱਛੂ ਵੀ ਕੀ ਭਲਾ? ਕਹਿੰਦਾ ਤੇਰਾ ਮਕਾਨ ਡਿੱਗ ਪੂ, ਉਹਦੇ ਵਿੱਚ ਸਾਰਾ ਡੱਬਰ ਮਰੂਗਾ ਤੁਹਾਡਾ, ਉਹਦੇ ਜੋ ਬਾਹਰ ਕਰ ਲਈ ਖਾਲੀ ਕਰ ਦੇ, ਰਾਤ ਨੂੰ 12 ਵਜੇ ਨੂੰ ਤੁਹਾਡਾ ਮਹਿਲ ਡਿੱਗ ਪੈਣਾ, ਡੇਗੂ ਮੈਂ, ਮਹਿਲ ਤੇਰਾ ਡੇਗ ਦੂੰ, ਉਹਦਾ ਮਹਿਲ ਤੇਰਾ ਉਹਦਾ ਡੇਗੂੰਗਾ ਮੈਂ, ਤੇਰਾ ਖੜਾ ਛੁੱਟ ਜੂ। ਕਹਿੰਦਾ ਵੀ ਠੀਕ ਹੈ। ਉਹ ਕਹਿੰਦਾ ਬਈ ਮੈਨੂੰ ਜਲਾਦੋ ਬਾਦਸ਼ਾਹ ਦੇ ਪੇਸ਼ ਕਰੋ, ਮੈਂ ਗੱਲ ਕਰਨੀ ਭੁੱਲ ਗਿਆ। ਕਹਿੰਦਾ ਜੀ ਜੰਗਾ ਕਰ ਦਿੰਦੇ ਹਾਂ, ਮਗਰ ਲੈ ਗਏ ਮੋੜ ਕੇ। ਰਾਜਾ ਬੈਠਾ, ਵਜ਼ੀਰ ਬੈਠਾ। ਹਾਂ ਬਈ ਕੀ ਗੱਲ ਆ ਜਲਾਦੋ? ਕਹਿੰਦੇ ਜੀ ਕੋਈ ਗੱਲ ਕਰਨੀ ਇਹਨੇ ਪੰਡਿਤ ਜੀ ਨੇ ਤੁਹਾਡੇ ਨਾਲ। ਪੰਡਿਤ ਜੀ ਕੀ ਗੱਲ ਕਰਨੀ ਹੈ? ਕਹਿੰਦਾ ਜੀ ਮੈਂ ਤਾਂ ਹੁਣ ਜਾਣਾ ਹੀ ਹਾਂ, ਤੁਹਾਨੂੰ ਪਤਾ ਹੀ ਹੈ। ਕਹਿੰਦਾ ਹਾਂ ਜਾਣਾ। ਫਿਰ ਤੁਹਾਡਾ ਜਾਂਦਾ ਜਾਂਦਾ ਭਲਾ ਤਾਂ ਕਰ ਜਾ। ਕਹਿੰਦਾ ਕਾਹਦਾ? ਕਹਿੰਦਾ ਤੁਹਾਡਾ ਸਾਰਾ ਡੱਬਰ ਮਰੂ ਅੱਜ ਰਾਤ ਨੂੰ। ਫਿਰ ਕਹਿੰਦਾ ਉਹ ਮਕਾਨ ਨੂੰ ਵਿਹਲਾ ਕਰ ਦੇ, ਉਹਦੇ 'ਚ ਨਾ ਰਹਿਣ ਦੇ ਭੋਰਾ ਕੁਛ, ਉਹਦੀ ਰਾਤ ਦੇ 12 ਵਜੇ ਨੂੰ ਇੱਕ ਹਿੱਟ ਹੋ ਜੂਗੀ। ਕਹਿੰਦਾ ਅੱਛਾ। ਕਹਿੰਦਾ ਵਾਹ ਉਹ ਪੰਡਤਾਂ ਤੇਰੇ। ਕਹਿੰਦਾ ਵੀ ਖੋਲੋ ਹੱਥ ਘੜੀਆਂ, ਜੇ ਤਾਂ ਮੇਰਾ ਮਕਾਨ ਡਿੱਗ ਪਿਆ ਤਾਂ ਪੰਡਿਤ ਬਰੀ, ਨਹੀਂ ਇਹੀ ਕੱਲ੍ਹ ਨੂੰ 12 ਵਜੇ ਨੂੰ ਫਾਂਸੀ ਦੇਵਾਂਗੇ। ਲਾਤਾ ਹੁਕਮ, ਖੋਲ ਦੀਆਂ ਹੱਥ ਘੜੀਆਂ। ਔਰ ਰਾਤ ਦੇ ਉਹਨੇ ਵਿਹਲਾ ਕਰਤਾ ਬਾਦਸ਼ਾਹ ਨੇ, ਫਟਾਫਟ ਕਰਾ ਕੇ ਵਿਹਲਾ, ਤਾਂ ਰਾਤ ਦੇ 12 ਵਜੇ ਨੂੰ ਦਿੱਤਾ ਕਲਜੂ ਨੇ ਧੱਕਾ, ਇੱਟ ਕਰਤੀ ਮਹਿਲਾਂ ਨੂੰ। ਬਾਦਸ਼ਾਹ ਸਮਾਂ ਇੰਨਾ ਖੁਸ਼ ਹੋ ਗਿਆ ਪੰਡਿਤ 'ਤੇ, ਕਹਿੰਦਾ ਆਪਣੇ ਮੈਨੂੰ ਕੁਛ ਕਰਦਾ ਰਹੇ ਪੰਡਿਤ, ਆਪਣਾ ਭਲਾ ਬੁਰਾ ਕਰਿਆ ਨਹੀਂ, ਬੜੀਆਂ ਚੰਗੀਆਂ ਪਹਿਲਾਂ ਗੱਲਾਂ ਸੁਣਾਈਆਂ, ਫਿਰ ਆ ਜਾਂਦੀ 12 ਪਾਸ ਤਾਂ ਸਾਰਾ ਟੱਬਰੀ ਮਰਦਾ। ਪੰਡਿਤ ਜੀ ਬਰੀ ਬੜੀ ਕਰਤਾ ਪੰਡਿਤ ਨੂੰ। ਇਹ ਕਲਯੁਗ ਦਾ ਮਹਾਰਾਜ ਕੰਮ ਇਹ ਹੈ।